ਗਰਦਾਸਪੁਰ ਦੇ ਵਿੱਚ ਵੱਡਾ ਤੇ ਦਰਦਨਾਕ ਹਾਦਸਾ ਵਾਪਰਿਆ ਦੋ ਕਾਰਾਂ ਦੀ ਭਿਆਨਕ ਟੱਕਰ ਖੋਈਆ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਗੱਡੀਆਂ ਦੇ ਪਰ ਖੱਤੀ ਉੱਡ ਚੁੱਕੇ ਨੇ ਦਰਅਸਲ ਗਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਬੱਬੇ ਖਾਲੀ ਦੇ ਕੋਲ ਇਹ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਬੀਤੀ ਦੇ ਰਾਤ ਕਿਹਾ ਜਾ ਰਿਹਾ ਹੈ ਕਿ ਹਾਦਸਾ ਹੋਇਆ ਹੈ ਦਰਦਨਾਕ ਹਾਦਸਾ ਸੀਗਾ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜੋ ਹਾਲਾਤ ਗੱਡੀ ਤੇ ਬਣੇ ਹੋਏ ਨੇ ਗੱਡੀ ਦਾ ਕੁਝ ਵੀ ਬਚਿਆ ਨਹੀਂ ਹੈ ਪੂਰੀ ਗੱਡੀ ਪ੍ਰੈਸ ਹੋ ਚੁੱਕੀ ਹੈ ਲੱਗਦਾ ਹੈ ਕਿ ਜਿਵੇਂ ਇਹ ਗੱਡੀ ਕਿਸੇ ਕਵਾੜ ਦੇ ਵਿੱਚ ਪਈ ਹੋਵੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਬਾਰੀਆਂ ਜਿਹੜੀਆਂ ਨੇ ਉਹ ਚਿੱਬੀਆਂ ਹੋ ਚੁੱਕੀਆਂ ਨੇ ਉਹ ਵੀ ਟੁੱਟ ਚੁੱਕੀਆਂ ਨੇ ਟੋਟਲੀ ਗੱਡੀ ਉੱਪਰੋਂ ਸਾਹਮਣੇੋਂ ਬੈਕ ਸਾਈਡ ਤੋਂ ਤਬਾਹ ਹੋ ਚੁੱਕੀ ਹੈ ਜਿੱਥੋਂ ਕਿ ਕੋਈ ਆਮ ਵਿਅਕਤੀ ਦੇਖ ਕੇ ਇਹ ਗੱਡੀ ਤੋਂ ਅੰਦਾਜ਼ਾ ਲਗਾ ਦੇਗਾ ਕਿ ਸ਼ਾਇਦ ਹੀ ਸ਼ਾਇਦ ਹੀ ਇਸ ਗੱਡੀ ਦੇ ਵਿੱਚ ਜਿਹੜਾ ਸਵਾਰ ਹੋਵੇ ਉਹ ਬਚਿਆ ਹੋਵੇਗਾ ਤਾਂ ਬਿਲਕੁਲ ਦੋ ਲੋਕ ਇਸ ਗੱਡੀ ਦੇ ਵਿੱਚ ਪਤੀ ਪਤਨੀ ਸਵਾਰ ਸੀਗੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਾਰਨ ਕੀ ਰਿਹਾ ਐਕਸੀਡੈਂਟ ਦਾ ਹਾਦਸੇ ਦਾ ਮੇਨ ਕਾਰਨ ਕੀ ਰਿਹਾ ਦੋ ਕਾਰਾਂ ਆਪਸ ਦੇ ਵਿੱਚ ਟਕਰਾਈਆਂ ਨੇ ਇੱਕ ਬਰੇਜ਼ਾ ਤੇ ਇੱਕ इनोਵਾ ਇਹ ਦੋਵੇਂ ਕਾਰਾਂ ਦੀ ਭਿਆਨਕ ਟੱਕਰ ਸੀ ਔਰ ਇਸ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਜਦ ਕਿ इनोਵਾ ਕਾਰ ਦੇ ਵਿੱਚ ਜਿੰਨੀਆਂ ਸਵਾਰੀਆਂ ਮੌਜੂਦ ਸਨ ਉਹ ਬੇਹੱਦ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਸੱਟਾਂ ਜਿਹੜੀਆਂ ਬੜੀਆਂ ਡੂੰਘੀਆਂ ਲੱਗੀਆਂ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਇਲਾਜ ਉਹਨਾਂ ਦਾ ਚੱਲ ਰਿਹਾ ਪਰ ਸਥਿਤੀ ਅਜੇ ਵੀ ਉਹਨਾਂ ਦੀ ਨਾਜ਼ੁਕ ਬਣੀ ਹੋਈ ਹੈ ਪਾਰੇ ਬਰੇਜ਼ਾ ਗੱਡੀ ਦੇ ਹਾਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਔਰ ਲੂਈ ਕੰਡੇ ਵੀ ਖੜੇ ਹੁੰਦੇ ਨੇ ਔਰ ਇਹ ਹੋਸ਼ ਛੁੱਟ ਜਾਂਦੇ ਨੇ ਗੱਡੀ ਦੀ ਤਸਵੀਰ ਦੇਖ ਕੇ ਜੋ ਬੈਕ ਸਾਈਡ ਤੋਂ ਹਾਲ ਬਣਿਆ ਹੈ ਜੋ ਤਾਕੀਆਂ ਦਾ ਬਾਰੀਆਂ ਦਾ ਹਾਲ ਬਣਿਆ ਹੋਇਆ ਇੰਨਾ ਕੁ ਭਿਆਨਕ ਹਾਦਸਾ ਵਾਪਰਿਆ ਹੈ ਸੜਕ ਦੇ ਉੱਪਰ ਇਹ ਹਾਦਸਾ ਵਾਪਰਦਾ ਹੈ ਉਸ ਤੋਂ ਬਾਅਦ ਦੇ ਵਿੱਚ ਬਰੇਜ਼ਾ ਗੱਡੀ ਪਲਟੀਆਂ ਖਾ ਖਾ ਕੇ ਪਲਟੀਆਂ ਖਾ ਕੇ ਰੋਡ ਤੋਂ ਸਾਈਡ ਤੇ ਲੱਥ ਜਾਂਦੀ ਹੈ ਖੇਤਾਂ ਦੇ ਵਿੱਚ ਲੱਥਦੀ ਆਰ ਜਾ ਕੇ ਦਰਖਤਾਂ ਦੇ ਨਾਲ ਟਕਰਾਉਂਦੀ ਹੈ ਤੇ ਉਸ ਤੋਂ ਬਾਅਦ ਦਾ ਇਹ ਹਾਲ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਅੰਦਰ ਖੂਨ ਦੇ ਛਿੱਟੇ ਵੀ ਲੱਗੇ ਹੋਏ ਨੇ ਉਂਝ ਹੀ ਸੀਟਾਂ ਜਿਹੜੀਆਂ ਨੇ 에어 ਬੈਗਸ ਜਿਹੜੇ ਨੇ ਖੂਨ ਦੇ ਨਾਲ ਲਤਫਪਤ ਪਏ ਹੋਏ ਨੇ ਕਿਉਂਕਿ ਹਾਦਸਾ ਜਿਹੜਾ ਬੜਾ ਹੀ ਭਿਆਨਕ ਹੈ ਔਰ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਗਰਦਾਸਪੁਰ ਤੋਂ ਜਦੋਂ ਅਸੀਂ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਆਉਂਦੇ ਆ ਤਾਂ ਉੱਥੋਂ ਦੇ ਵਸਨੀਕ ਲੋਕਾਂ ਨੂੰ ਪਤਾ ਹੈ ਕਿ ਬੱਬੇ ਖਾਲੀ ਨਹਿਰ ਦੇ ਉੱਪਰ ਹੀ ਏ ਪਿੰਡ ਪੈਂਦਾ ਹੈ ਤਾਂ ਉੱਥੇ ਬਹੁਤ ਭੀੜ-ਪਾੜ ਵਾਲਾ ਇਲਾਕਾ ਵੀ ਹੁੰਦਾ ਹੈ ਦਿਨ ਦੇ ਸਮੇਂ ਜ਼ਿਕਰ ਕਹੀਏ ਤਾਂ ਨਹਿਰ ਵੀ ਆ ਔਰ ਪੁਲ ਜਿਹੜਾ ਬੜਾ ਤੰਗ ਹੋ ਜਾਂਦਾ ਹੈ ਪਰ ਇਹ ਰਾਤ ਦੇ ਸਮੇਂ ਇਹ ਹਾਦਸਾ ਵਾਪਰਿਆ ਕਾਰਨ ਕੀ ਰਿਹਾ ਹੈ ਆ ਧੁੰਦ ਦਾ ਕੋਈ ਕਾਰਨ ਰਿਹਾ ਤੇਜ਼ ਰਫ਼ਤਾਰ ਰਹੀ ਹੈ ਜਾਂ ਕੋਈ ਅੱਖ ਵਗੈਰਾ ਲੱਗ ਗਈ ਸੀ ਜਾਂ ਬ੍ਰੇਕ ਫੇਲ ਹੋਈ ਹੈ ਹਾਲਾਂਕਿ ਤਮਾਮ ਇਸਦੇ ਪਿੱਛੇ ਕਾਰਨ ਹੋ ਸਕਦੇ ਨੇ ਪਰ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਪਰ ਇਸ ਹਾਦਸੇ ਨੇ ਦੋ ਜੀਆਂ ਦੀ ਦੋਵੇਂ ਜੀਆਂ ਦੀ ਜਾਨ ਲੈ ਲਈ ਹੈ ਮੌਤ ਹੋ ਚੁੱਕੀ ਹੈ ਪਤੀ ਤੇ ਪਤਨੀ ਦੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਖਤ ਹੀ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ ਹੈ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਾਂ ਜਿਹੜੀਆਂ ਅੰਦਰਲੀਆਂ ਸੀਟਾਂ ਨੇ ਗੱਡੀ ਦੀਆਂ ਜਿਹੜੇ 에ਅਰ ਬੈਗਸ ਖੁੱਲੇ ਨੇ ਉਹ ਖੂਨ ਦੇ ਨਾਲ ਲਥਪਥ ਪਏ ਨੇ ਕਿਉਂਕਿ ਦੇਖ ਸਕਦੇ ਹੋ ਛੱਤ ਜਿਹੜੀ ਹੈ ਉਹ ਟੋਟਲੀ ਗੱਡੀ ਦੇ ਨਾਲੋਂ ਵੱਖ ਹੋ ਚੁੱਕੀ ਹੈ ਔਰ ਉਸ ਦੇ ਉੱਪਰ ਵੀ ਡੈਂਟ ਪਏ ਨੇ ਪੂਰਾ ਹੀ ਚੱਕਨਾ ਚੂਰ ਨਵੀਂ ਗੱਡੀ ਲਿਸ਼ਕ ਦੀ ਪੁਸ਼ਕ ਦੀ ਬਰੇਜ਼ਾ ਗੱਡੀ ਜਿਹੜੀ ਹੈ ਉਹ ਹੁਣ ਚੱਕਨਾ ਚੂਰ ਹੋ ਚੁੱਕੀ ਹੈ ਇੰਜ ਲੱਗਦਾ ਕਿ ਜਿਵੇਂ ਬੜੇ ਲੰਮੇ ਸਾਲਾਂ ਤੋਂ ਕਵਾੜ ਦੇ ਵਿੱਚ ਗੱਡੀ ਪਈ ਹੋਵੇ ਕਿਉਂਕਿ ਜੋ ਦੂਰਦਸ਼ਾ ਇਸ ਗੱਡੀ ਦੀ ਬਣ ਚੁੱਕੀ ਆਰ ਗੱਡੀ ਦੇ ਵਿੱਚ ਜਿਹੜੇ ਬੈਠੇ ਹੋਏ ਸੀਗੇ ਉਹ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਕੇ ਉਹਨਾਂ ਦੀ ਦੋਨਾਂ ਦੀ ਮੌਤ ਹੋ ਚੁੱਕੀ ਹੈ ਬਰੇਜ਼ਾ ਤੇ ਇਨੋਵਾ ਦੀ ਭਿਆਨਕ ਟੱਕਰ ਨੇ ਦੋ ਜੀਆਂ ਦੀ ਮੌਤ ਲੈ ਲਈ ਹੈ ਜਦਕਿ ਇਨੋਵਾ ਕਾਰ ਦੇ ਵਿੱਚ ਜਿਹੜੀਆਂ ਸਵਾਰੀਆਂ ਮੌਜੂਦ ਹੁੰਦੀਆਂ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਗਰਦਾਸਪੁਰ ਤੋਂ ਇਹ ਬੇਹਦ ਮੰਦ ਭਾਗੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿੱਥੇ ਪਤਨੀ ਪਤਨੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਗੱਡੀ ਜਿਹੜੀ ਹੈ ਚੱਕਣਾ ਚੂਰ ਹੋ ਚੁੱਕੀ ਹੈ ਪਰ ਖੱੱਚੇ ਗੱਡੀ ਦੇ ਉੱਡ ਚੁੱਕੇ ਨੇ